ਜਿਹਨੇ ਆਪਣੇ ਆਪ ਨੂੰ ਗੁਣੀ ਬਣਾ ਲਿਆ, ਆਪਣੀ ਲਾਈਫ ਨੂੰ ਸੈੱਟ ਕਰ ਲਿਆ, ਟਾਈਮ ਟੇਬਲ ਬਣਾ ਲਿਆ, ਉਹ ਵੇਖੋ ਕਿੰਨੇ ਪਿਆਰੇ ਲੱਗਦੇ। ਤੇ ਜਿੰਨੇ ਬੰਦੇ ਆਲਸੀ, ਜਿੰਨੇ ਬੰਦੇ ਵਿਹਲੜ, ਜਿੰਨੇ ਬੰਦੇ ਨਿਕੰਮੇ, ਕਿਹਨੂੰ ਚੰਗੇ ਲੱਗਦੇ ਆ? ਤਾਂ ਕਰਕੇ ਪਿਆਰਿਓ, ਆਪਣੇ ਆਪ ਨੂੰ ਜੇ ਚਾਹਾਂਗੇ ਤੇ ਹੋ ਸਕਦਾ। ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ ਸਮਾਜ ਵਿੱਚ, ਧਿਆਨ ਨਾਲ ਸੁਣਿਓ। ਤਿੰਨ ਤਰ੍ਹਾਂ ਦੇ ਬੰਦੇ, ਇੱਕ ਬੰਦੇ ਨੇ, ਐਗਜ਼ੈਂਪਲ ਨਾਲ ਛੇਤੀ ਗੱਲ ਸਮਝ ਆ ਜਾਂਦੀ, ਇੱਕ ਤਕੜੇ ਸੇਠ ਨੇ ਬਾਹਰ ਵਿਦੇਸ਼ ਵਿੱਚ ਰਹਿੰਦਾ ਹੈ, ਉਹਨੇ ਆਪਣੇ ਬੱਚੇ ਪੜ੍ਹਾਏ, ਤਿੰਨ ਬੱਚੇ ਸੀ, ਤਿੰਨੇ ਪੜ੍ਹਾਏ, ਧਿਆਨ ਨਾਲ ਸੁਣਨਾ, ਤਿੰਨੇ ਬੱਚੇ ਪੜ੍ਹਾਏ, ਇੱਕੋ ਜਿਹੀਆਂ ਡਿਗਰੀਆਂ ਕੀਤੀਆਂ ਤਿੰਨਾਂ ਨੇ, ਇੱਕ ਇੱਕ ਸਾਲ ਦਾ ਤਿੰਨਾਂ ਬੱਚਿਆਂ ਦਾ ਫਰਕ ਹੈ, ਇੱਕੇ ਸਕੂਲ ਵਿੱਚ ਪੜ੍ਹਾਏ, ਇੱਕੋ ਜਿਹੀ ਪੜ੍ਹਾਈ ਕਰਾਈ, ਇੱਕੋ ਜਿਹੇ ਟੀਚਰ ਸਨ, ਇੱਕੋ ਜਿਹੀਆਂ ਫੀਸਾਂ ਲਾਈਆਂ, ਤਿੰਨੇ ਨਿਆਣਿਆਂ ਨੂੰ ਇੱਕੋ ਜਿਹੀ ਡਿਗਰੀ ਕਰਾਈ, ਉਦੋਂ ਬਾਅਦ ਤਿੰਨਾਂ ਨੂੰ ਨੌਕਰੀ ਮਿਲ ਗਈ ਤੇ ਨੌਕਰੀ ਵੀ ਇੱਕੇ ਮਹਿਕਮੇ 'ਚ ਮਿਲ ਗਈ, ਇੱਕੇ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ। ਧਿਆਨ ਨਾਲ ਸੁਣਿਓ, ਸਿੱਧੋ ਸਿੱਧੇ ਹੋ ਕੇ ਜ਼ਰਾ ਕਾਇਮ ਜੇ ਹੋ ਕੇ ਸੁਣੋ, ਤਿੰਨਾਂ ਨੂੰ ਨੌਕਰੀ ਮਿਲ ਗਈ ਇੱਕੇ ਕੰਪਨੀ 'ਚ, ਤਿੰਨੇ ਬੜੇ ਖੁਸ਼ ਨੇ, ਨੌਕਰੀ ਕਰਦੇ ਐ। ਇੱਕ ਦਿਨ ਪਿਤਾ ਆਇਆ, ਉਹਨੇ ਪੁੱਛਿਆ ਬੱਚਿਓ ਸੈੱਟ ਹੋ ਗਏ? ਕਹਿੰਦੇ ਜੀ ਹੋ ਗਏ। ਕਿਵੇਂ ਕਰਦੇ ਹੋ ਫਿਰ? ਕਹਿੰਦੇ ਜੀ ਕੰਮ ਕਰਦੇ ਆ, ਤਨਖਾਹ ਕਿੰਨੀ ਹੈ? ਸਭ ਤੋਂ ਛੋਟਾ ਮੁੰਡਾ ਕਹਿਣ ਲੱਗਾ, ਜੀ ਮੇਰੀ ਤਨਖਾਹ ਹੈ 30,000 ਰੁਪਈਆ ਮਹੀਨਾ, ਇੱਕੇ ਕੰਪਨੀ, ਕੁਆਲੀਫਿਕੇਸ਼ਨ ਇੱਕੋ ਜੀ, ਪੜ੍ਹਾਈ ਇੱਕੋ ਜੀ, ਡਿਗਰੀ ਇੱਕੋ ਜੀ, ਸਾਰੀ ਗੱਲ ਇੱਕੋ। ਕਹਿੰਦਾ ਜੀ 30,000 ਮਹੀਨਾ। ਦੂਜੇ ਬੱਚੇ ਨੂੰ ਪੁੱਛਿਆ, ਕਹਿੰਦੇ ਕਾਕਾ ਤੇਰੀ ਤਨਖਾਹ ਕਿੰਨੀ ਹੈ? ਕਹਿੰਦਾ ਜੀ ਪਿਤਾ ਜੀ ਮੇਰੀ ਤਨਖਾਹ ਹੈ 50,000 ਮਹੀਨਾ। ਤੀਜੇ ਨੂੰ ਪੁੱਛਿਆ, ਕਹਿੰਦਾ ਮੇਰੀ ਤਨਖਾਹ ਜੀ 1,00,000 ਰੁਪਈਆ ਮਹੀਨਾ। ਕਹਿੰਦਾ ਕੰਪਨੀ ਇੱਕੋ ਹੈ, ਪੜ੍ਹਾਈ ਇੱਕੋ ਹੈ, ਫਰਕ ਕੀ ਹੈ? ਇੱਕ ਦੀ ਤਨਖਾਹ 30,000 ਹੈ, ਦੂਜੇ ਦੀ 50,000 ਹੈ, ਤੀਜੇ ਦੀ 1,00,000। ਪੜ੍ਹਾਈ ਤੇ ਇੱਕੋ ਜੀ ਕਰਾਈ ਹੈ ਮੈਂ, ਤਨਖਾਹ ਇੱਕ ਦੀ ਘੱਟ, ਇੱਕ ਦੀ ਇੰਨੀ, ਫਰਕ ਕੀ ਪੈ ਗਿਆ? ਉੱਥੇ ਨਾ ਫਿਰ ਉਹ ਬੰਦਾ ਬੜਾ ਹੈਰਾਨ ਹੈ, ਉਹ ਕਹਿੰਦਾ ਕਿਵੇਂ ਪਤਾ ਲੱਗੇ? ਕਹਿੰਦੇ ਜੀ ਸਾਨੂੰ ਤੇ ਪਤਾ ਨਹੀਂ ਇੰਨੀ ਇੰਨੀ ਤਨਖਾਹ ਆਈ ਹੈ ਸਾਡੀ। ਉਹ ਕੰਪਨੀ 'ਚ ਚਲੇ ਗਏ, ਕਹਿੰਦੇ ਉਹਨਾਂ ਨੂੰ ਪੁੱਛਦੇ ਆ, ਉਹਨਾਂ ਨਾਲ ਗੱਲ ਕਰਦੇ। ਕੰਪਨੀ ਦੇ ਮਾਲਕ ਨਾਲ ਗੱਲ ਕਰਨ ਗਏ, ਜਾ ਕੇ ਪੁੱਛਿਆ ਜੀ, ਕਹਿੰਦੇ ਜੀ ਦੱਸੋ ਵੀ ਮੇਰੇ ਬੱਚੇ ਇੱਕੋ ਜਿਹੇ ਮੈਂ ਪੜ੍ਹਾਏ ਹੈ, ਇੱਕੋ ਜਿਹੀ ਮੈਂ ਮਿਹਨਤ ਕੀਤੀ ਹੈ, ਇਹਦੀ ਤਨਖਾਹ 30,000 ਹੈ, ਸਭ ਤੋਂ ਛੋਟੇ ਦੀ 30,000 ਤਨਖਾਹ ਦਿੰਦੇ ਹੋ, ਦੂਜੇ ਦੀ 50 ਦਿੰਦੇ ਹੋ, ਪਹਿਲੇ ਦੀ 1,00,000। ਕਹਿੰਦੇ ਬੱਚੇ ਤੇਰੇ ਕੋਲ ਨਹੀਂ? ਕਹਿੰਦੇ ਜੀ ਮੈਂ ਤੇ ਤੁਹਾਨੂੰ ਪੁੱਛਣ ਆਇਆ, ਬੱਚੇ ਤੇ ਕੰਮ ਕਰ ਰਹੇ ਹੈ। ਕਹਿੰਦਾ ਤੈਨੂੰ ਇਦਾਂ ਕਰਦੇ ਆ, ਸਵੇਰੇ ਆ ਜਿਓ ਸੇਠ ਜੀ, ਤੇਰੇ ਸਾਹਮਣੇ ਤੇਰੇ ਬੱਚਿਆਂ ਨੂੰ ਕੰਮ ਦਿਆਂਗਾ ਮੈਂ, ਤੈਨੂੰ ਆਪੇ ਪਤਾ ਲੱਗ ਜੂ ਵੀ ਸੱਚ ਕੀ ਹੈ, ਕਿਉਂ ਮੈਂ ਇਦਾਂ ਕਰਦਾ, ਇੱਕ ਦੀ ਤਨਖਾਹ 1,00,000 ਕਿਉਂ ਹੈ, ਦੂਜੇ ਦੀ 50,000 ਕਿਉਂ ਹੈ, ਤੀਜੇ ਦੀ 30,000 ਕਿਉਂ ਹੈ।
ਸਵੇਰੇ ਆ ਜਿਓ। ਧਿਆਨ ਨਾਲ ਸਮਝਿਓ ਵੀਰੋ, ਆਪਾਂ ਚੈੱਕ ਇਹ ਕਰਨਾ ਵੀ ਆਪਾਂ ਤਿੰਨਾਂ ਚੋਂ ਕੌਣ ਆ। ਆਪਣੇ ਆਪ ਤੋਂ ਤੇ ਕੁਝ ਵੀ ਨਹੀਂ ਲੁਕਦਾ ਹੁੰਦਾ, ਆਪਣੇ ਆਪ ਦਾ ਸਭ ਨੂੰ ਪਤਾ। ਚੈੱਕ ਕਰਿਓ ਜਰਾ, ਵੇਖਿਓ ਜਿਹੜਾ ਵੈਰਾਗ ਹੈ ਨਾ, ਇਹ ਦਰਸ਼ਨ ਕਿਹਦੇ ਕਰਨੇ ਨੇ, ਕੀ ਪ੍ਰਗਟ ਕਰਨਾ, ਕੀ ਪੈਦਾ ਕਰਨਾ, ਕਿਹਨੂੰ ਮਿਲਣਾ ਹੈ, ਇਹ ਨੁਕਤਾ ਸਮਝਣ ਵਾਲਾ ਹੈ। ਬੜੀ ਦੁਨੀਆ ਉਲਝੀ ਫਿਰਦੀ ਹੈ ਕਿ ਰੱਬ ਵੇਖਣਾ ਹੈ, ਲੱਭਣਾ ਹੈ ਕਿਸੇ ਨੂੰ ਬਾਹਰ। ਸਾਡੇ ਲੱਭਣ ਦੇ ਚੱਕਰ ਦੇ ਵਿੱਚ ਅਸੀਂ ਲੱਭਣ ਦੀਆਂ ਗੱਲਾਂ ਕੀਤੀਆਂ, ਬੜੇ ਲੱਭਣ ਤੁਰ ਪਏ, ਬੜੇ ਧੋਖੇ 'ਚ ਫਸੇ ਲੋਕ। ਹੁਣ ਵੇਖੋ ਸੇਠ ਅਗਲੇ ਦਿਨ ਕਿੰਨੇ ਵਜੇ ਆਵਾਂ, ਕਹਿੰਦੇ ਸਵੇਰੇ ਆ ਜਾ। ਸਵੇਰੇ ਸਵੇਰੇ ਆ ਗਿਆ, ਉੱਥੇ ਜਹਾਜ਼ ਤੋਂ ਸਮਾਨ ਆਉਣਾ ਸੀ, ਮਾਲ ਆਉਣਾ, ਸਮਾਨ ਆਉਣਾ, ਸਮੁੰਦਰੀ ਜਹਾਜ਼ ਬੇੜੇ ਤੇ। ਸੇਠ ਕੋਲ ਬੈਠਾ, ਸਭ ਤੋਂ ਛੋਟੇ ਬੱਚੇ ਨੂੰ ਬੁਲਾਇਆ, ਕਹਿੰਦੇ ਕਾਕਾ ਬੁਲਾਓ ਉਹਨੂੰ। ਆ ਗਿਆ, ਹਾਂਜੀ। ਕਹਿੰਦੇ ਸਮਾਨ ਆਇਆ ਹੈ, ਸਾਡੇ ਵਰਤਣ ਵਾਲਾ ਉਹਦੇ ਵਿੱਚ ਕੀ ਹੈ, ਆਪਾਂ ਕਿਹੜਾ ਕਿਹੜਾ ਸਮਾਨ ਖਰੀਦ ਸਕਦੇ ਹਾਂ, ਆਪਣੀ ਕੰਪਨੀ ਵਾਸਤੇ ਕੀ ਚੰਗਾ ਹੈ। ਜਹਾਜ਼ ਵਿੱਚ ਸਮਾਨ ਬਹੁਤ ਤਰ੍ਹਾਂ ਦਾ ਆਇਆ ਹੈ, ਪੁਰਾਣਾ ਸਮਾਨ ਹੈ, ਉਹਦੇ ਚੋਂ ਆਪਣੇ ਲਈ ਕਿਹੜਾ ਕਿਹੜਾ ਠੀਕ ਹੈ ਜਾਂ ਭੱਜ ਕੇ ਪਤਾ ਕਰਕੇ ਆ। ਉਹ ਜਿਹੜਾ ਨੌਜਵਾਨ ਹੈ ਪਹਿਲਾ, ਇੱਕ ਘੰਟੇ ਚ ਮੁੜ ਆਇਆ, ਇੱਕ ਘੰਟੇ ਚ ਵਾਪਸ ਆ ਗਿਆ। ਉਹ ਕਹਿੰਦਾ ਜੀ ਆਪਣੇ ਖਰੀਦਣ ਵਾਲਾ ਉਹਦੇ ਵਿੱਚ ਕੋਈ ਸਮਾਨ ਨਹੀਂ, ਕੋਈ ਸਮਾਨ ਆਪਣੇ ਖਰੀਦਣ ਵਾਲਾ ਹੈ ਨਹੀਂ। ਅੱਛਾ, ਉਦੋਂ ਬਾਅਦ ਦੂਜੇ ਨੂੰ ਬੁਲਾਇਆ ਜਿਹਨੂੰ 50,000 ਦਿੰਦੇ ਸੀ, ਉਹਨੂੰ ਪੁੱਛਿਆ, ਕਹਿੰਦੇ ਜਾ ਪਤਾ ਕਰਕੇ ਆ ਕਿਹੜਾ ਕਿਹੜਾ ਸਮਾਨ ਹੈ ਸਾਡੇ ਕੰਮ ਦਾ, ਕਿਹੜਾ ਕਿਹੜਾ ਨਹੀਂ। ਕੰਪਨੀ ਦੇ ਮਾਲਕ ਦੀ ਗੱਲ ਸੁਣ ਕੇ ਦੂਜਾ ਵੀ ਗਿਆ, ਉਹ ਗੇੜਾ ਦੇ ਕੇ ਚਾਰ ਘੰਟੇ ਤੱਕ ਮੁੜ ਕੇ, ਚਾਰ ਘੰਟਿਆਂ ਬਾਅਦ ਮੁੜ ਕੇ ਆਇਆ। ਕਹਿੰਦਾ ਜੀ ਆਪਣੇ ਵਾਲਾ ਕੋਈ ਖਾਸ ਸਮਾਨ ਨਹੀਂ, ਆਪਣੇ ਖਰੀਦਣ ਵਾਲਾ ਕੋਈ ਖਾਸ ਸਮਾਨ। ਫਿਰ ਸੇਠ ਦੇ ਤੀਜੇ ਬੱਚੇ ਨੂੰ ਬੁਲਾਇਆ, ਸੇਠ ਇੰਨਾ ਖੜਾ ਵੇਖਦਾ, ਤੀਜੇ ਨੂੰ ਬੁਲਾਇਆ, ਕਹਿੰਦੇ ਇਹਨੂੰ ਸੱਦੋ। ਉਹਨੂੰ ਬੁਲਾਇਆ, ਕਹਿੰਦੇ ਤੂੰ ਵੇਖ ਕੇ ਆ। ਉਹ ਤੀਜਾ ਵੀ ਚਲ ਗਿਆ, ਉਹ ਮੁੜਿਆ ਨਹੀਂ 7 ਵਜੇ ਤੱਕ। ਕੰਪਨੀ 5 ਵਜੇ ਬੰਦ ਹੋ ਜਾਂਦੀ, 7 ਵਜੇ ਤੱਕ ਉਹ ਮੁੰਡਾ ਹੀ ਨਹੀਂ ਮੁੜਿਆ। ਉਹ ਕਹਿੰਦੇ ਹੱਦ ਹੋ ਗਈ, ਆਇਆ ਕਿਉਂ ਨਹੀਂ, ਕਹਿੰਦੇ ਮੈਨੂੰ ਪਤਾ ਆਏਗਾ। ਸੇਠ ਕਹਿੰਦਾ ਆਊ, ਕੰਪਨੀ ਦਾ ਮਾਲਕ ਕਹਿੰਦਾ ਆਊ ਤੇਰਾ ਮੁੰਡਾ, ਫਿਕਰ ਨਾ ਕਰ। ਉਹ ਜਦੋਂ ਵੱਜੇ 7 ਤੋਂ ਉੱਪਰ ਹੋਇਆ ਟਾਈਮ ਤੇ ਮੁੰਡਾ ਆ ਗਿਆ। ਹਾਂਜੀ ਸੇਠ ਜੀ ਮੈਂ ਆ ਗਿਆ। ਕਹਿੰਦੇ ਦੱਸ ਫਿਰ ਸਮਾਨ। ਕਹਿੰਦਾ ਜੀ ਬਹੁਤ ਸਮਾਨ ਇਦਾਂ ਦਾ ਸੀ ਜਿਹੜਾ ਆਪਣੇ ਖਰੀਦਣ ਵਾਲਾ ਸੀ। ਤਿੰਨੇ ਮੁੰਡੇ ਸੱਦ ਲਏ, ਇਦਾਂ ਖਿਲਾਰ ਲਏ ਤਿੰਨੇ। ਹਾਂ ਦੱਸਿਓ ਭਲਾ ਕਿਵੇਂ ਕਿਵੇਂ ਕੰਮ ਕੀਤਾ, ਤੂੰ ਕੀ ਕੀਤਾ ਜਦੋਂ ਮੈਂ ਤੈਨੂੰ ਕਿਹਾ ਸੀ ਤੈਨੂੰ 30,000 ਮਿਲਦੀ ਸੀ। ਕਹਿੰਦੇ ਮੇਰੀ ਉੱਥੇ ਗੱਲਬਾਤ ਹੈ ਬੰਦਿਆਂ ਨਾਲ, ਮੈਂ ਪਤਾ ਕਰ ਲਿਆ ਸੀ ਫੋਨ ਉੱਤੇ, ਉਹਨਾਂ ਨੇ ਮੈਨੂੰ ਦੱਸਤਾ ਸੀ ਵੀ ਤੁਹਾਡੇ ਵਾਲਾ ਕੋਈ ਸਮਾਨ ਨਹੀਂ। ਕਹਿੰਦਾ ਮੈਂ ਫੋਨ 'ਤੇ ਹੀ ਪੱਕਾ ਸਾਰਾ ਪਤਾ ਕਰ ਲਿਆ।
ਫੋਨ ਤੇ ਕਰ ਲੈਂਦਾ ਨਾ ਕਈ ਤੇ ਕਿਸੇ ਨੂੰ ਕੰਮ ਕਹੋਗੇ ਇਦਾਂ ਹੀ ਕਰ ਲੈਣਾ ਪਤਾ ਕਹਿੰਦਾ ਮੈਂ ਫੋਨ ਕਰਕੇ ਪੁੱਛ ਲਿਆ ਸੀ ਲੱਗ ਗਿਆ ਪਤਾ ਵੀ ਹੈ ਨਹੀਂ ਆਪਣੇ ਚੀਜ਼ ਕੰਮ ਦੂਜੇ ਨੂੰ ਪੁੱਛਿਆ ਕਹਿੰਦੇ ਤੂੰ ਕਿਵੇਂ ਕੀਤਾ ਉਹ ਕਹਿੰਦਾ ਜੀ ਮੈਂ ਆਪ ਗਿਆ ਉੱਥੇ ਜਾ ਇਹ ਆਪ ਗਿਆ ਜਾ ਕੇ ਉੱਥੇ ਬੰਦਿਆਂ ਨੂੰ ਪੁੱਛਿਆ ਹੈ ਕੋਈ ਸਮਾਨ ਇੱਥੇ ਹੁਣ ਇਹਨੂੰ ਆਪ ਨੂੰ ਤੇ ਗੇੜਾ ਵੀ ਮਾਰਿਆ ਨਿਗਾਹ ਵੀ ਮਾਰੀ ਘਰ ਮੋੜ ਆਇਆ ਕਹਿੰਦਾ ਨਹੀਂ ਲੱਕੜ ਸੀ ਹੋਰ ਸੀ ਉਹਦਾ ਵੀ ਕੋਈ ਹੈ ਨਹੀਂ ਆਪਣੇ ਕੰਮ ਦੀ ਖਾਸ ਨਹੀਂ ਤੇ ਚੌਥੇ ਨੂੰ ਪੁੱਛਿਆ ਕਹਿੰਦਾ ਤੂੰ ਕਹਿੰਦਾ ਜੀ ਵੇਖੋ ਉੱਥੇ ਸਮਾਨ ਸੀ ਇਲੈਕਟ੍ਰੋਨਿਕ ਕੁਝ ਮੋਬਾਈਲ ਸੀ ਉਹਨਾਂ ਬਾਰੇ ਮੈਨੂੰ ਕੀ ਪਤਾ ਮੈਂ ਇੱਕ ਮੋਬਾਈਲ ਦਾ ਜਾਣਕਾਰ ਬੰਦਾ ਲੈ ਗਿਆ ਨਾਲ ਤੇ ਕੁਝ ਸਮਾਨ ਲੱਕੜੀ ਦਾ ਸੀ ਮੈਨੂੰ ਲੱਕੜੀ ਬਾਰੇ ਨੌਲੇਜ ਕੋਈ ਨਹੀਂ ਮੈਂ ਫਿਰ ਜਿਹੜਾ ਬੰਦਾ ਮਿਸਤਰੀ ਸੀ ਲੱਕੜ ਦਾ ਜਾਣਕਾਰ ਸੀ ਮੈਂ ਉਹਨੂੰ ਫੜਿਆ ਮੈਂ ਦੋ ਬੰਦੇ ਗੱਡੀ 'ਚ ਭਾ ਕੇ ਹੀ ਲੱਗਿਆ ਜਾਣਕਾਰੀ ਤੇ ਮੈਨੂੰ ਹੈ ਨਹੀਂ ਉਹਨਾਂ ਨੂੰ ਪਤਾ ਕਹਿੰਦਾ ਉੱਥੇ ਲੱਗਿਆ ਲਿਜਾ ਕੇ ਜਿਹੜਾ ਇਲੈਕਟ੍ਰੋਨਿਕ ਸਮਾਨ ਖਰੀਦਣਾ ਸੀ ਮੈਨੂੰ ਦੱਸਿਆ ਉਹਨੇ ਵੀ ਆਹ ਚੀਜ਼ਾਂ ਇਹਦੇ 'ਚ ਆਹ ਨਵਾਂ ਪਾ ਕੇ ਇਹ ਨਵੇਂ ਬਣਾ ਕੇ ਵੇਚ ਸਕਦੇ ਹਾਂ ਆਹ ਲੱਕੜ ਕੰਮ ਦੀ ਹੈ ਆਹ ਲੱਕੜ ਨਹੀਂ ਕੰਮ ਦੀ ਆਹ ਲੱਕੜ ਅੱਧੇ ਰੇਟ ਦੀ ਮਿਲ ਰਹੀ ਹੈ ਜੇ ਆਪਾਂ ਇਹਨਾਂ ਨੂੰ ਇਦਾਂ ਇਦਾਂ ਕਰਕੇ ਵੇਚਿਆ ਤੇ ਪ੍ਰੋਫਿਟ ਹੋ ਸਕਦਾ ਕਹਿੰਦਾ ਲੱਕੜ ਖਰੀਦੀ 4 ਲੱਖ ਦੀ ਵਿਕ ਸਕਦੀ ਹੈ 10 ਲੱਖ ਦੀ ਪੁਰਾਣੇ ਫੋਨ ਖਰੀਦਾਂਗੇ 2 ਲੱਖ ਦੇ ਵਿਕਣਗੇ 10 ਲੱਖ ਦੇ ਕਹਿੰਦਾ ਮੈਂ ਬੰਦੇ ਲਿਜਾ ਕੇ ਸਾਰੇ ਉਹ ਮੈਂ ਗੱਲਬਾਤ ਕਹਿੰਦਾ ਇੰਨਾ ਲੇਟ ਕਿਉਂ ਹੋ ਗਿਆ ਕਹਿੰਦੇ ਫਿਰ ਡੀਲ ਫਾਈਨਲ ਕਰ ਦੇ ਜਾ ਕਹਿੰਦਾ ਜੀ ਸੇਠ ਜੀ ਮੈਨੂੰ ਮਾਫ ਕਰ ਦਿਓ ਇੰਨਾ ਟਾਈਮ ਹੈ ਨਹੀਂ ਸੀ ਬੋਲੀ ਲਾਉਣ ਵਾਲੇ ਬੰਦੇ ਬਹੁਤ ਜ਼ਿਆਦਾ ਸੀ ਮੈਂ ਤੁਹਾਡੇ ਤੋਂ ਪੁੱਛੇ ਬਿਨਾਂ ਹੀ ਡੀਲ ਫਾਈਨਲ ਕਰਕੇ ਹੀ ਆਇਆ ਤੇ ਬਾਹਰ ਲਿਆ ਕੇ ਸਮਾਨ ਵੇਚ ਕੇ ਆ 10 ਲੱਖ ਰੁਪਈਆ ਜਿਹੜਾ ਬਚਦਾ ਪ੍ਰੋਫਿਟ ਹੈ ਆਪਣੀ ਕੰਪਨੀ ਨੂੰ ਹੋ ਗਿਆ ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਹੀ ਆ ਕੰਮ ਕਰ ਦਿੱਤਾ ਹੈ ਔੜਦੀ ਹੈ ਜੀ ਕਈ ਬੰਦਿਆਂ ਨੂੰ ਤੁਹਾਡੇ ਹੀ ਮੁੰਡੇ ਹੁੰਦੇ ਨੇ ਕਈ ਬੱਚੇ ਤੁਹਾਡੇ ਹੀ ਹੈ ਤੁਹਾਡੇ ਘਰਾਂ 'ਚ ਹੈ ਕਈਆਂ ਨੂੰ ਕੰਮ ਦਿਓਗੇ ਨਾ ਤੁਸੀਂ ਉਹ ਫੋਨ ਤੇ ਪੁੱਛ ਕੇ ਸਾਰ ਦੇਣਾ ਉਹਨਾਂ ਨੇ ਸੇਠ ਨੂੰ ਪੁੱਛਿਆ ਕਹਿੰਦੇ ਸੇਠਾ ਲੱਗਦਾ ਪਤਾ ਤੈਨੂੰ ਇਹਨਾਂ ਤਿੰਨਾਂ 'ਚੋਂ ਕਿਹੜਾ ਠੀਕ ਹੈ ਲੱਖ ਤਨਖਾਹ ਕਿਹਨੂੰ ਦੇਣੀ ਚਾਹੀਦੀ ਹੈ ਕਹਿੰਦਾ ਜੀ ਆ ਲੱਖ ਦੇ ਜੋਗੀ ਹੈ ਜਿਹਨੇ ਇੰਨੇ ਲੱਖ ਦਾ ਫਾਇਦਾ ਕੀਤਾ ਤੇ ਆ ਤੇਰਾ ਛੋਟੇ ਵਾਲਾ ਕਹਿੰਦਾ 30,000 ਵਾਲਾ ਹੀ ਜਿਹੜਾ ਫੋਨ ਕਰਕੇ ਸਾਰ ਲੈਂਦਾ ਇਹ ਨਿਕੰਮਾ ਹੈ ਡੱਕਾ ਤੋੜ ਕੇ ਰਾਜੀ ਨਹੀਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹਿੰਮਤ ਕੋਈ ਨਹੀਂ ਕੁਛ ਨਹੀਂ ਕਰ ਸਕਦਾ ਇਹ ਬੰਦਾ ਇੱਕ ਉਹ ਹੈ ਜਿਹੜਾ ਗੇੜੇ ਗੂੜੇ ਬਥੇਰੇ ਦੇ ਕੇ ਆਉਂਦਾ ਜਿੰਨਾ ਕੁ ਕਹੋਗੇ ਉਨਾ ਕੁ ਕਰ ਲੈਂਦੇ ਆ ਕਈ ਬੰਦੇ ਉਹ ਹੈ ਤਿੰਨ ਤਰ੍ਹਾਂ ਦੇ ਬੰਦੇ ਆ ਇੱਕ ਤੇ ਉਹ ਹੈ ਜਿੰਨਾ ਤੁਸੀਂ ਕੰਮ ਕਹਿਣਾ ਹੈ ਉਹਨਾਂ ਨੇ ਉਹ ਵੀ ਨਹੀਂ ਕਰਨਾ ਫੋਨਾਂ ਫਾਨਾਂ ਦੇ ਬਹਾਨੇ ਬਣਾ ਕੇ ਸਾਰ ਦੇਣਾ ਤੇ ਇੱਕ ਉਹ ਹੈ ਜਿੰਨਾ ਕਹੋਗੇ ਉਨਾ ਹੀ ਕਰਨਗੇ ਜੇ ਤੁਸੀਂ ਕਹਿ ਤਾ 5 ਵਜੇ ਤੱਕ ਆਹ ਕੰਮ ਕਰਨਾ ਉਹਨੇ 5 ਵਜੇ ਤੱਕ ਹੀ ਕਰਨਾ ਪਰ ਤੀਜੀ ਕਿਸਮ ਉਹ ਹੁੰਦੀ ਹੈ ਜਿਹੜੇ ਬੰਦੇ ਬਿਨਾ ਕਹੇ ਤੋਂ ਕਰਦੇ ਖੁਦ ਕਰਦੇ ਖੁਦ ਔੜਦੀ ਆ ਉਹਨਾਂ ਨੂੰ ਇਹ ਤੀਜੀ ਕਿਸਮ ਦੇ ਬੰਦੇ ਹੈ ਉਹ ਕੁਆਲਿਟੀ ਹੈ ਜਿਨ੍ਹਾਂ ਦੇ ਵਿੱਚ ਹੁਣ ਜੇ ਆਪਾਂ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਸਾਡਾ ਵਾਹ ਰੋਜ਼ ਹਜ਼ਾਰਾਂ ਬੰਦਿਆਂ ਨਾਲ ਪੈਂਦਾ ਮੈਂ ਖੁਦ ਇੱਕ ਸੰਸਥਾ ਨੂੰ ਵੇਖਦਾ ਹਜ਼ਾਰਾਂ ਬੰਦੇ ਅਸੀਂ ਵੇਖੇ ਜ਼ਿੰਦਗੀ 'ਚ ਆਉਂਦੇ ਮਿਲਦੇ ਕੰਮ ਕਰਦੇ ਕਈਆਂ ਨੂੰ ਕਹਿਣਾ ਨਹੀਂ ਪੈਂਦਾ ਪਰ ਕਈਆਂ ਦੇ ਤੁਸੀਂ ਤਰਲੇ ਵੀ ਕਰੀ ਜਾਓਗੇ ਤਾਂ ਵੀ ਨਹੀਂ ਕਰਨਾ
ਕੁਆਲਿਟੀ ਨਹੀਂ, ਨਿਕੰਮੇ ਆ, ਪਰ ਕਈ ਬੜੇ ਕੰਮ ਦੇ। ਹੁਣ ਇਹ ਵੇਖਣਾ ਸਾਨੂੰ ਆਪਣੇ ਆਪ ਵੱਲ ਪੈਣਾ ਵੀ ਅਸੀਂ ਕਿੰਨੀਆਂ ਖਰਾਬੀਆਂ ਕਰਨ ਵਾਲੇ ਆ, ਅਸੀਂ ਜ਼ਿੰਮੇਵਾਰ ਆ ਕਿ ਅਸੀਂ ਜਿੰਨਾ ਕੁ ਕੋਈ ਦੱਸਦਾ ਓਨਾ ਕੁ ਕਰਦੇ ਆ। ਆ ਸਮਾਗਮ ਤੁਸੀਂ ਕੀਤਾ ਵੇਖੋ, ਇੱਥੇ ਕਈ ਬੰਦੇ ਹੋਣਗੇ ਜਿੰਨੇ ਕੁ ਇਹਨੇ ਡਿਊਟੀ ਲਾ ਦਿੱਤੀ ਵੀ ਇੰਨਾ ਕੁ ਕਰ ਲਈ, ਓਨਾ ਹੀ ਕੀਤਾ। ਪਰ ਕਈ ਬੰਦਿਆਂ ਨੂੰ ਤੁਸੀਂ ਕਿਹਾ ਨਹੀਂ, ਉਹਨਾਂ ਨੇ ਆਪੇ ਹੀ ਫਿਕਰ ਕਰ ਕਰਕੇ ਕੀਤਾ। ਕਈਆਂ ਨੂੰ ਤੁਸੀਂ ਵਿਆਹਾਂ ਢੰਗਾਂ ਦੇ ਉੱਤੇ ਸੱਦਦੇ ਨਹੀਂ ਵੀ ਆਹ ਕੰਮ ਤੂੰ ਆ ਕੇ ਕਰੀ, ਦਿੱਤਾ ਤੇ ਕਾਰਡ ਹੈ ਵੀ ਖਾਣ ਆਈ, ਅਗਲਾ ਖਾਣ ਤੋਂ ਦੋ ਦਿਨ ਪਹਿਲਾਂ ਆ ਕੇ ਕਹਿੰਦਾ ਯਾਰ ਹਲਵਾਈ ਨਾਲ ਕੰਮ ਕਰਾਵਾਂਗੇ। ਅਸੀਂ ਆਖਿਆ ਵਿਆਹ ਚਲੋ ਦੋ ਤਿੰਨ ਦਿਨ ਪਹਿਲਾਂ ਚੱਲਦੇ ਆ, ਘਰ ਕੰਮ ਦੀ ਲੋੜ ਹੋ ਰਹੀ ਹੈ, ਕੰਮ ਕਰਾਂਗੇ ਜਾ ਕੇ। ਕਿਹੜੀ ਕਿਸਮ ਦੇ ਬੰਦੇ ਆ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖਿਓ। ਤੇ ਜਿਹੜੇ ਬੰਦੇ ਕੁਆਲਿਟੀ ਵਾਲੇ ਹੈ, ਜਿਨ੍ਹਾਂ ਵਿੱਚ ਕੁਆਲਿਟੀ ਹੈ, ਕੁਛ ਕਰਨ ਵਾਲੇ ਆ ਜਿਹੜੇ, ਉਹ ਗੁਣ ਨੇ ਜਿਹੜੇ, ਉਹਨਾਂ ਗੁਣਾਂ ਦੇ ਦਰਸ਼ਨ ਕੱਲਾ ਤੈਨੂੰ ਹੀ ਥੋੜਾ ਹੋਣੇ ਆ, ਲੋਕਾਂ ਨੂੰ ਵੀ ਹੋਣੇ ਆ। ਉਹ ਗੁਣ ਜਦੋਂ ਤੇਰੇ 'ਚ ਹੋਣੇ ਆ, ਫਿਰ ਹਰੇਕ ਨੇ ਕਹਿਣਾ ਯਾਰ ਕਦੋਂ ਆਏਗਾ, ਹਰੇਕ ਨੇ ਤੈਨੂੰ ਮਿਸ ਕਰਨਾ ਹੈ, ਹਰੇਕ ਨੇ ਤੈਨੂੰ ਯਾਦ ਕਰਨਾ ਹੈ, ਹਰੇਕ ਨੇ ਤੈਨੂੰ ਚੇਤਾ ਕਰਨਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਐ ਲੱਗਣਾ ਦਰਗਾਹ 'ਚ ਰਹਿੰਦੇ ਆ, ਮੇਰੀ ਇੰਨੀ ਡਿਮਾਂਡ ਹੈ, ਲੋੜ ਹੈ। ਮਾਂ ਕਹਿੰਦੀ ਆ ਪੁੱਤ ਤੇਰੇ ਵਰਗਾ ਪੁੱਤ ਨਹੀਂ, ਹਰੇਕ ਜਨਮ ਵਿੱਚ ਮੈਨੂੰ ਤੇਰੇ ਵਰਗਾ ਪੁੱਤ ਮਿਲੇ। ਘਰ ਵਾਲੀ ਕਹਿੰਦੀ ਆ ਤੇਰੇ ਵਰਗਾ ਪਤੀ ਮੈਨੂੰ ਹਰੇਕ ਜਨਮ 'ਚ ਮਿਲੇ। ਤੇ ਬੱਚੇ ਕਹਿੰਦੇ ਨੇ ਬਾਪੂ ਹਰੇਕ ਜਨਮ 'ਚ ਜੇ ਕੋਈ ਪਿਓ ਹੋਵੇ ਤੇ ਤੂੰ ਹੀ ਹੋਵੇ ਸਾਡਾ। ਤੇ ਕਿੰਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਕੁਆਲਿਟੀ ਹੈ, ਗੁਣ ਹੈ, ਉਹ ਸੰਤੁਸ਼ਟ ਨੇ ਆਪਣੇ ਆਪ ਦੇ ਦਰਸ਼ਨ ਕਰਕੇ, ਆਪਣੇ ਆਪ ਨੂੰ ਬਾਹਰ ਕੱਢ ਕੇ, ਆਪਣੀ ਕੁਆਲਿਟੀ ਕਰਕੇ ਬੜੇ ਸੰਤੁਸ਼ਟ ਨੇ ਉਹ ਬੰਦੇ। ਤੇ ਜਿਹੜੇ ਨਿਕੰਮੇ ਆ, ਪੁੱਛ ਲਓ ਬੀਬੀਆਂ ਨੂੰ ਇੱਥੇ ਬੈਠੀਆਂ, ਤੇ ਉਹ ਕੀ ਕਹਿਣਗੀਆਂ, ਇਹ ਮਰ ਜਾਣਾ ਕਿੱਥੇ ਮੇਰੇ ਪੱਲੇ ਪੈ ਗਿਆ। ਏਦਾਂ ਨਹੀਂ ਕਹਿੰਦੀਆਂ ਵੀ ਆ ਅਗਲੇ ਹਰੇਕ ਜਨਮ 'ਚ ਮਿਲਣ ਦੀ ਗੱਲ ਕਰਦਾ, ਅਗਲਾ ਕਹਿੰਦਾ ਤੂੰ ਐਤਕੀ ਵਾਲਾ ਪੂਰਾ ਕਰੀਏ ਮਸਾ, ਖਤਰਾ ਐਤਕੀ ਵਾਲੇ ਦਾ ਹੋਇਆ ਅਗਲੇ ਜਨਮ ਕਿੱਥੇ। ਮਾਵਾਂ ਸਾਡੀਆਂ ਨੂੰ ਪੁੱਛ ਲਓ, ਮਾਵਾਂ ਨੂੰ ਪੁੱਛ ਲਓ ਸਾਡੀਆਂ, ਉਹ ਕਹਿੰਦੀਆਂ ਤੇਰੇ ਵਰਗਾ ਨਲਾਇਕ ਕਿੱਥੇ ਜੰਮ ਪਿਆ। ਮੈਨੂੰ ਇੱਕ ਬੰਦਾ ਉੱਧਰ ਮੱਝਾਂ ਵਾਲੇ ਪਾਸੇ ਮੈਂ ਗਿਆ ਉੱਥੋਂ ਹੀ ਖੜਾ, ਜ਼ਿਆਦਾ ਖਰੇ ਮੱਝਾਂ 'ਚ ਰਹਿੰਦਾ, ਮੈਨੂੰ ਕਹਿੰਦਾ ਮੈਂ ਕਿਹਾ ਕਿਵੇਂ ਆ ਪਰਿਵਾਰ ਦਾ ਹਾਲ, ਕਹਿੰਦਾ ਨਿਆਣੇ ਤਿੰਨ ਚਾਰ ਹੈ ਨੇ, ਐਂ ਜੀ ਕਰਦਾ ਸਾਰੇ ਹੀ ਕੱਟੇ ਵਾਲਿਆਂ ਨੂੰ ਦੇ ਦਿਆਂ, ਕਹਿੰਦਾ ਅੱਕਿਆ ਪਿਆ, ਕਹਿੰਦਾ ਮੈਂ ਦੁਖੀ ਹੋਇਆ ਪਿਓ ਇੱਦਾਂ ਦੀਆਂ ਗੱਲਾਂ ਕਿਉਂ ਕਰਦਾ, ਉਹਨੂੰ ਪਤਾ ਵੀ ਕੁਆਲਿਟੀ ਹੈ ਯਾਰ। ਕਈਆਂ ਨੂੰ ਤਿੰਨੇ ਹੀ 30,000 ਵਾਲੇ ਮਿਲ ਜਾਂਦੇ ਨੇ, ਤਿੰਨੇ ਹੀ ਜਿਹੜੇ ਫੋਨ ਤੇ ਪੁੱਛ ਲੈਣਗੇ ਫੋਨਾਂ ਵਾਲੇ ਤਿੰਨੇ ਹੀ, ਪਰ ਕਈਆਂ ਨੂੰ ਤਿੰਨੇ ਹੀ ਲੱਖ ਲੱਖ ਵਾਲੇ ਮਿਲ ਜਾਂਦੇ ਨੇ ਯਾਰ, ਇਹ ਵੀ ਹੁੰਦਾ ਹੈ। ਤਿੰਨ ਬੱਚੇ ਤਿੰਨੇ ਹੀ ਲੱਖ ਲੱਖ ਵਾਲੇ, ਸਾਰੇ ਹੀ ਜ਼ਿੰਮੇਵਾਰ ਆਗੂ ਦੀ ਕੁਆਲਿਟੀ ਵਾਲੇ, ਮਾਲਕ ਦੀ ਕੁਆਲਿਟੀ ਵਾਲੇ। ਕਈ ਮਾਲਕ ਬਣਦੇ ਹੁੰਦੇ ਨੇ ਕੰਪਨੀਆਂ ਦੇ, ਕਈ ਇੰਪਲਾਈ ਬਣਦੇ, ਉਹ ਕੁਆਲਿਟੀ ਉਹ ਹੀ ਮਾਲਕ ਵਾਲੀ ਹੁੰਦੀ, ਕਈਆਂ 'ਚ ਆਗੂ ਬਣਨ ਵਾਲੀ ਕੁਆਲਿਟੀ ਹੁੰਦੀ, ਹੁੰਦੇ ਹੀ ਲੱਖ ਦੇ ਨੇ। ਪਰ ਕਈ ਕੁਦਰਤੀ, ਕਈ ਇੱਕ ਲੱਖ ਵਾਲਾ ਇੱਕ 30 ਵਾਲਾ, ਬੱਚੇ ਦੋ ਹੈ, ਤੇ ਕਈਆਂ ਦੇ ਤਿੰਨੇ ਹੀ, ਤਿੰਨੇ ਦੇ ਤਿੰਨੇ ਹੀ
ਲੱਖ ਲੱਖ ਵਾਲੇ ਹੁੰਦੇ ਆ। ਹੁਣ ਆਪਾਂ ਚਲੋ ਹੁਣ ਆਪਾਂ ਕਹੀਏ, ਹੁਣ ਕਈ ਸੋਚਦੇ ਹੁਣ ਕਈਆਂ ਦੇ ਦਿਮਾਗ 'ਚ ਆਪਣੇ ਬੱਚੇ ਆਉਂਦੇ ਹੋਣਗੇ ਵੀ ਹਾਂ ਮੇਰਾ ਇੱਕ ਤੇ 30 ਵਾਲਾ ਹੀ ਆ, ਇੱਕ ਲੱਖ ਵਾਲਾ, ਹਰੇਕ ਦੇ ਦਿਮਾਗ 'ਚ ਤੁਹਾਡੇ 'ਚ ਚੱਲਦਾ ਹੋਣਾ। ਪਰ ਉਹ ਬੱਚਿਆਂ ਨੂੰ ਛੱਡੋ ਤੁਸੀਂ, ਆਪਾਂ ਆਪਣੇ ਆਪ ਨੂੰ ਵੇਖੀਏ ਵੀ ਆਪਾਂ ਕਿਹੜੇ ਵਾਲੇ ਆ। ਸੱਚੀ ਗੱਲ ਹੈ, ਮੈਂ ਨੋਟ ਕਰਦਾ ਹੁੰਦਾ ਅਕਈ ਮਾੜਾ ਜਿਹਾ ਉਹਨੂੰ ਆ ਕੰਮ, ਕਈ ਮਾੜਾ ਜਿਹਾ ਉਹ ਅੱਗੇ ਭੱਜਦਾ ਅਗਲੇ ਨੂੰ ਕਹਿੰਦਾ, ਅਕਈ ਮਾੜਾ ਜਿਹਾ ਅੱਗੇ ਉਹ ਅਗਲਾ ਉਦੋਂ ਅਗਲੇ ਨੂੰ ਕਹਿੰਦਾ। ਕਰਨ ਵਾਲਾ ਕਿਹੜਾ ਹੁੰਦਾ ਇੱਥੇ? ਇੱਥੇ ਕਹੋ ਨਾ ਪ੍ਰਸ਼ਾਦ ਵਰਤਾਓ ਭਾਈ, ਆਵਾਜ਼ ਸਾਰੇ ਇਹ ਉੱਠ ਪਏਗਾ, ਦੂਜਾ ਕਿਤੇ ਇਹ ਉੱਠ ਪਏਗਾ, ਇੰਨਾ ਨਹੀਂ ਉੱਠ ਸਕਦਾ ਕੋਈ। ਪਰ ਇੱਕ ਤੁਹਾਨੂੰ ਗੱਲ ਦੱਸਾਂ ਪਿਆਰੇ, ਸਾਡੇ ਵਿੱਚ ਜਿਹੜੇ ਲੱਖ ਵਾਲੇ ਹੈ ਉਹਨਾਂ ਦੀ ਪਰਸੈਂਟੇਜ ਹੈ 2-3%, ਲੱਖ ਵਾਲੇ ਜਿਹੜੇ ਬਿਨਾਂ ਕਹੇ ਤੋਂ ਕਰਦੇ, ਆਪੇ ਕਰਦੇ ਆ, ਲੱਗੇ ਰਹਿੰਦੇ ਆ। ਤੇ ਵਿਦੇਸ਼ਾਂ ਦੇ ਵਿੱਚ ਲੱਖ ਵਾਲੇ ਆ ਜਿਹੜੇ, ਉਹਨਾਂ ਦੀ ਪਰਸੈਂਟੇਜ ਹੈ 50%। 50% ਬਾਹਰਲਿਆਂ ਦੇਸ਼ਾਂ 'ਚ, ਸਾਡੇ 'ਚੋਂ 2-3%। ਤੇ ਉਹ ਦੇਸ਼ ਤਾਂ ਸੋਹਣੇ ਹੈ, ਹਰ ਬੰਦਾ ਕੁਆਲਿਟੀ ਵਾਲਾ, ਜ਼ਿੰਮੇਵਾਰੀ ਵਾਲਾ, ਫਰਜ਼ ਸਮਝਦਾ, ਜਿੱਥੇ ਖਿਲਾਰਤਾ ਖੜਾ ਹੈ। ਸਾਡੇ ਵਾਲੇ ਜੇ ਵੇਖ ਰਹੇ ਹੋ ਤੇ ਕਾਮ ਹੈ, ਮੜ ਜਾ ਪਰਾ ਮੂੰਹ ਕਰ ਲਓ ਫਿਰ ਆਰਾਮ ਹੈ, ਇਦਾਂ ਹੀ ਕਰਦੇ ਨੇ, ਮੜ ਜਾ ਪਰਾ ਮੂੰਹ ਕਰ ਲਓ ਬਸ। ਤੇ ਜੇ ਵੇਖ ਰਹੇ ਹੋ ਫਿਰ ਕਰੀ ਜਾਂਦਾ ਬੰਦਾ, ਅਸੀਂ ਇਦਾਂ ਪਿਆਰਿਓ। ਇਹ ਕੁਆਲਿਟੀ ਨੂੰ ਪ੍ਰਗਟ ਕਰਨਾ ਹੀ ਅਸਲੀ ਆਪਣੇ ਆਪ ਦੇ ਦਰਸ਼ਨ ਨੇ। ਇਹ ਗਵਾਚ ਗਿਆ ਜਿਹਦੀ ਕੁਆਲਿਟੀ ਗਵਾਚ ਗਈ, ਜਿਹਦੇ ਉਹ ਜਿਹੜਾ 30 ਵਾਲਾ ਹੈ ਨਾ ਪਿਆਰਿਆ, ਉਹਨੂੰ ਜਿਹੜੇ ਮਰਜ਼ੀ ਪਾਠ ਪੜ੍ਹਾ ਲਓ, ਉਹੋ ਜਿਹੇ ਬੰਦੇ ਨੂੰ ਤੁਸੀਂ ਜੋ ਮਰਜ਼ੀ ਕਰ ਲਓ, ਉਹਨੇ ਕੋਈ ਦਰਸ਼ਨ ਨਹੀਂ ਕਰਨੇ। ਪਿਰਥੀ ਚੰਦ ਨੇ ਆਪਣੇ ਆਪਣੇ ਆਪ 'ਚ ਕੁਆਲਿਟੀ ਪੈਦਾ ਨਹੀਂ ਕੀਤੀ, ਉਹਨੇ ਦਰਸ਼ਨ ਆਪਣੇ ਆਪ ਦੇ ਕੀਤੇ ਹੀ ਨਹੀਂ। ਗੁਰੂ ਰਾਮਦਾਸ ਜੀ ਦਾ ਪੁੱਤਰ ਗੁਰੂ ਅਰਜਨ ਦੇਵ ਜੀ ਦਾ ਭਰਾ ਰਹਿ ਗਿਆ ਖਾਲੀ, ਰਹਿ ਗਿਆ ਖਾਲੀ, ਨਿਕੰਮਾ ਨਿਕੰਮਾ ਹੈ, ਉਹ ਗੁਣ ਨਹੀਂ ਆਏ ਬਾਹਰ। ਬਸ ਇਹ ਜਾਚ ਆ ਗਈ ਨਾ ਜਦੋਂ ਗੁਰਮਿਲ ਚੱਜ ਅਚਾਰ ਸਿੱਖ, ਤੇਰਾ ਵਿਰਾਗ ਖਤਮ ਹੋਵੇ, ਤੁਧ ਕਦੇ ਨਾ ਲੱਗੇ। ਕਹਿੰਦਾ ਕੀ ਹੈ, ਸ਼ੁਰੂ ਕਿੱਥੋਂ ਕਰਦਾ, ਮਨ ਬੈਰਾਗ ਪਿਆ, ਮੈਂ ਵਿਰਾਗੀ ਹਾਂ, ਦੁੱਖ ਲੱਗਿਆ ਪਿਆ, ਮੈਨੂੰ ਦਰਸ਼ਨ ਨਹੀਂ ਹੁੰਦੇ। ਕਹਿੰਦੇ ਅਕਲ ਸਿੱਖ ਲੈ, ਜ਼ਿੰਦਗੀ ਜਿਉਣ ਦੀ, ਤੇਰੇ ਦੁੱਖ ਟੁੱਟ ਜਾਣ, ਤੇਰਾ ਵਿਰਾਗ ਖਤਮ ਹੋਵੇ, ਤੇਰੀ ਕੁਆਲਿਟੀ ਆਵੇ ਤੇਰੇ 'ਚ। ਜ਼ਿੰਮੇਵਾਰ ਬੰਦੇ ਖਿੜੇ ਖਿੜੇ ਹੱਸਦੇ ਹੱਸਦੇ, ਫਰਜ਼ ਪਛਾਣਨ ਵਾਲੇ ਹੱਸਦੇ ਹੱਸਦੇ, ਜ਼ਿੰਦਗੀ ਹੌਲੀ ਹੌਲੀ, ਸਾਰੇ ਕੰਮ ਕਰਦੇ ਜ਼ਿੰਮੇਵਾਰ। ਤਾਂ ਕਰਕੇ ਨਿਕੰਮੇ ਆ ਜ਼ਿਆਦਾਤਰ, ਆਪਣੇ ਆਪ ਨੂੰ ਉਹ ਗੁਣ ਪ੍ਰਗਟ ਕਰੀਏ, ਆਪਣੇ ਆਪ ਤੇ ਦਰਸ਼ਨ ਕਰੀਏ। ਇਹਨੂੰ ਕਹਿੰਦੇ ਗੁਰਮਿਲ ਚੱਜ ਅਚਾਰ ਸਿੱਖ।